ਇਹ ਬੇਹੱਦ ਦਰਦਨਾਕ ਘਟਨਾ ਸਾਹਮਣੇ ਆਈ ਹੈ ਫਾਜ਼ਿਲਕਾ ਬਹੁਰ ਰੋਡ ਤੇ ਪਿੰਡ ਖੂਈ ਖੇੜਾ ਦੇ ਕੋਲੋਂ, ਜਿੱਥੇ ਆ ਤੁਹਾਡੇ ਸਾਹਮਣੇ ਤਸਵੀਰਾਂ 'ਚ ਨਜ਼ਰ ਆ ਰਹੇ ਉਹ ਪਤੀ ਪਤਨੀ ਨੇ ਜੋ ਵਿਚਾਰੇ ਬੀਤੇ ਦਿਨੀ ਆਪਣੀ ਮੌਤ 'ਚ ਸੜਕ ਦੀ ਸਾਈਡ 'ਤੇ ਤੁਰੇ ਜਾਂਦੇ ਸੀ ਅਤੇ ਪਿੱਛੋਂ ਮੌਤ ਬਣ ਕੇ ਆਈ ਇੱਕ ਤੇਜ਼ ਰਫ਼ਤਾਰ ਗੱਡੀ ਨੇ। ਪਹਿਲਾਂ ਇੱਕ ਪਿੰਡ ਦੇ ਹੀ ਰੇੜੇ ਵਾਲੇ ਨੂੰ ਟੱਕਰ ਮਾਰੀ ਅਤੇ ਅਨਬੈਲੈਂਸ ਹੁੰਦੀ ਉਸ ਗੱਡੀ ਨੇ ਇਸ ਪਤੀ ਪ੍ਰਵੀਨ ਕੁਮਾਰ ਅਤੇ ਪਤਨੀ ਸੁਮਨ ਨੂੰ ਚੁੱਕ ਕੇ ਪਰਾਂ ਮਾਰਿਆ ਅਤੇ ਇਸ ਦਰਦਨਾਕ ਹਾਦਸੇ 'ਚ ਪਤਨੀ ਦੀ ਤਾਂ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਮੌਤ ਨਾਲ ਲੜਦੇ ਪਤੀ ਨੂੰ ਲੋਕਾਂ ਨੇ ਚੁੱਕ ਕੇ ਹਸਪਤਾਲ ਪਹੁੰਚਾਇਆ, ਜਿੱਥੇ ਜਾ ਕੇ ਉਸਨੇ ਵੀ ਦਮ ਤੋੜ ਦਿੱਤਾ। ਇਸ ਹਾਦਸੇ ਦੇ ਬਾਅਦ ਪਿੰਡ ਦੇ ਇਲਾਕੇ 'ਚ ਵੀ ਸੋਗ ਦੀ ਲਹਿਰ ਹੈ। ਪਿੱਛੋਂ ਕੋਈ ਕਾਰ ਆਈ ਹੈ, ਅੰਮ੍ਰਿਤਸਰ ਤੋਂ ਆਈ ਹੈ, ਕਿੱਧਰੋਂ ਆਈ ਹੈ, ਅਤੇ ਆ ਕੇ ਅਤੇ ਪਿੱਛੋਂ ਵੱਜੀ ਦੋਵਾਂ 'ਚ, ਅਤੇ ਇੱਕ ਤਾਂ ਰੇੜਾ ਜਾਂਦਾ ਸੀਗਾ ਜਿਹੜਾ ਪਾਣੀ ਪੂਣੀ ਲੈਣ ਜਾਂਦੇ ਹੁੰਦੇ ਸਾਡੇ ਪਿੰਡ ਦੇ, ਰਿਕਸ਼ਾ ਪਾਣੀ ਸਾਡੇ ਕੋੜਾ ਹੈ, ਅਤੇ ਉਹ ਰਿਕਸ਼ੇ 'ਤੇ ਪਾਣੀ ਪੂਣੀ ਲੈਣ ਚੱਲਿਆ ਸੀ, ਕਿਤੇ ਕੀ ਲੈਣ ਚੱਲਿਆ ਸੀਗਾ। ਪਹਿਲਾਂ ਉਹਦੇ ਵਿੱਚ ਵੱਜੀ, ਉਸ ਤੋਂ ਬਾਅਦ ਫਿਰ ਅੱਗੇ ਇਹ ਆਏ ਦੋਵੇਂ, ਅਤੇ ਇਹਨਾਂ ਦੋਵਾਂ ਨੂੰ ਪਟੜ ਕਰਤਾ, ਅਤੇ ਇਹਨਾਂ ਦੀ ਮਿਸਿਜ ਤਾਂ ਮੌਕੇ 'ਤੇ ਡੈਥ ਹੋ ਗਈ ਸੀ, ਅਤੇ ਇਹਨਾਂ ਨੂੰ ਇੱਥੇ ਲਿਆਂਦਾ ਸੀਗਾ, ਮੁੜ ਕੇ ਇਹਨਾਂ ਨੇ ਸਦੇ ਹੋਸਪਿਟਲ ਰੈਫਰ ਕਰਤਾ। ਉਹਨਾਂ ਕੋਲ ਜਾ ਕੇ ਅਤੇ ਅਸੀਂ ਚੈੱਕ ਚੁੱਕ ਕਰਾਇਆ, ਉਹ ਕਹਿੰਦੇ ਜੀ ਇੱਥੇ ਤਾਂ ਮੁਸ਼ਕਲ ਹੈ ਕੰਮ, ਅਤੇ ਤੁਸੀਂ ਇਹਨੂੰ ਬਠਿੰਡੇ ਲੈ ਜਾਓ। ਫਿਰ ਬਠਿੰਡੇ ਲੈ ਕੇ ਗਏ ਸੀਗੇ, ਪਰ ਇਹ ਰਾਸਤੇ ਖਤਮ ਹੋ ਗਏ ਸੀ। ਇੱਕ ਰਿਕਸ਼ਾ ਵਾਲਾ ਹੈਗਾ ਸੀ, ਉਹ ਪਾਣੀ ਲੈਣ ਜਾ ਰਿਹਾ ਸੀ, ਸ਼ੂਗਰ ਮਿਲ ਪਤਾ ਨਹੀਂ ਕਿੱਥੇ ਜਾ ਰਿਹਾ ਸੀ, ਪਿੱਛੋਂ ਕਾਰ ਵੱਜੀ ਹੈ, ਅਤੇ ਰਿਕਸ਼ਾ 'ਚ ਵੱਜੀ, ਰਿਕਸ਼ੇ ਨੂੰ ਪਰਾਂ ਮਾਰਾ ਚਲਾ ਕੇ ਫਿਰ ਇਹਨਾਂ ਵਿੱਚ ਠੁੱਕੀ ਕਾਰ। ਇਹ ਪ੍ਰਵੀਨ ਨਾ ਹੈਗਾ ਜੀ, ਮੈਡੀਕਲ ਹੈਗਾ ਇਹਨਾਂ ਦਾ ਕੋਈ ਕਿਹੜੇ, ਡਾਕਟਰਾਂ ਨੇ ਹਸਪਤਾਲ 'ਚ ਜੋੜੇ ਦੀ ਮੌਤ ਦੀ ਪੁਸ਼ਟੀ ਕੀਤੀ ਹੈ ਅਤੇ ਦੋਵਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਦੇ ਲਈ ਫਿਲਹਾਲ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਦੀ ਮੋਚਰੀ 'ਚ ਰਖਵਾਇਆ ਗਿਆ ਹੈ। ਐਕਸੀਡੈਂਟ ਦਾ ਕੇਸ ਹੈ ਜੀ, ਇੱਕ ਜਿਹੜਾ ਦੀ ਬੋਡੀ ਲਾਈਕ ਬੋਡ ਡੈਡ ਸੀਗਾ ਪੇਸ਼ੈਂਟ ਸੁਮਨ ਤਨੇਜਾ, ਔਰ ਉਹਨਾਂ ਦੀ ਬੋਡੀ ਮੋਚੀ ਸ਼ਿਫਟ ਕਰਾ ਦਿੱਤੀ ਗਈ ਸੀ, ਸੈਕਿੰਡ ਪ੍ਰਵੀਨ ਕੁਮਾਰ ਕਰਕੇ ਬੋਡੀ ਲੈ ਕੇ ਆਏ, ਜਿਹਨਾਂ ਦੇ ਹੁਣੇ ਬਠਿੰਡੇ ਤੋਂ ਲੈ ਕੇ ਆਏ ਗਏ ਨੇ, ਅਤੇ ਉਹਨਾਂ ਦਾ ਪੋਸਟਮਾਰਟਮ ਲਈ ਵੇਟ ਕਰ ਰਹੇ ਹਾਂ ਆਪਾਂ। ਹੁਣ ਅਤੇ ਸੜਕ 'ਤੇ ਕਿਸੇ ਵੱਲੋਂ ਵਰਤੀ ਇੱਕ ਅਣਗਹਿਲੀ ਨੇ ਇਸ ਜੋੜੇ ਦੀ ਜਾਨ ਲੈ ਲਈ। ਉੱਧਰ ਇਸ ਘਟਨਾ ਦੇ ਬਾਅਦ ਪੁਲਿਸ ਨੇ ਵੀ ਮਾਮਲੇ 'ਤੇ ਆਪਣੀ ਜਾਂਚ ਅਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਫਾਜ਼ਿਲਕਾ ਤੋਂ ਰਣਜੀਤ ਸਿੰਘ ਦੀ ਰਿਪੋਰਟ, ਡੇਲੀ ਪੋਸਟ ਪੰਜਾਬੀ। ਸਤਿ ਸ਼੍ਰੀ ਅਕਾਲ। ਜੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ੇ 'ਤੇ ਜਾਣਾ ਚਾਹੁੰਦੇ ਹੋ ਤਾਂ ਜਨਵਰੀ 2020 ਦੇ ਦਾਖਲੇ ਖੁੱਲ੍ਹ ਚੁੱਕੇ ਹਨ। ਯੂਨੋ SDS, non-SDS, ਯੂਨੀਵਰਸਿਟੀ ਪ੍ਰਣਾਲੀ ਦੇ ਅੰਦਰ ਤੁਸੀਂ ਜਨਵਰੀ ਸੈਸ਼ਨ ਦੇ ਲਈ ਦਾਖਲਾ ਲੈ ਕੇ ਟਾਈਮ ਸਿਰ ਆਪਣਾ ਵੀਜ਼ਾ ਫਾਈਲ ਕਰ ਸਕਦੇ ਹੋ ਔਰ ਕੈਨੇਡਾ ਜਾਣ ਦੇ ਆਪਣੇ ਸੁਪਨੇ ਨੂੰ ਸਾਕਾਰ ਕਰ ਸਕਦੇ ਹੋ।